ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਲਿਵਰਪੂਲ ਤੋਂ। ਅਤੇ ਅਸੀਂ ਇੱਥੇ ਸੀਗੇ ਭੈਣ ਦੇ ਘਰ, ਕਾਫੀ ਦਿਨ ਹੋ ਗਏ ਸਾਨੂੰ ਆਏ ਨੂੰ, ਅਤੇ ਬਸ ਜਾਣ ਦਾ ਵੇਲਾ ਸਾਡਾ ਨੇੜੇ ਆਇਆ ਹੋਇਆ ਹੈਗਾ, ਅਤੇ ਇਹਦੂ ਬਾਅਦ 'ਚ ਆਪਾਂ ਇੱਕ ਹੋਰ ਨਵਾਂ ਟੂਰ ਸ਼ੁਰੂ ਕਰਨਾ ਹੈਗਾ। ਅਤੇ ਅੱਜ ਅਸੀਂ ਚੱਲੇ ਹਾਂ ਕੁਝ ਸ਼ੋਪਿੰਗ ਕਰਨ ਦੇ ਲਈ, ਅਤੇ ਪਹਿਲਾਂ ਸ਼ੋਪਿੰਗ ਦਾ ਏਰੀਆ ਜਿਹੜਾ ਹੈਗਾ ਤੁਹਾਨੂੰ ਉਹ ਦਿਖਾ ਕੇ ਲਿਆਉਣਾ ਕਿ ਇੱਥੇ ਦੇ ਜਿਹੜਾ ਸਟੋਰ ਵਗੈਰਾ ਉਹ ਕਿਵੇਂ ਦੇ ਹੁੰਦੇ ਆ, ਅਤੇ ਉਦੋਂ ਬਾਅਦ 'ਚ ਭਾਣਜੇ ਨੂੰ ਸਕੂਲ ਗਿਆ ਹੋਇਆ, ਉਹਨਾਂ ਦੇ ਸਕੂਲ ਤੋਂ ਲੈਣਾ, ਸਕੂਲ ਵੀ ਦਿਖਾਵਾਂਗੇ UK ਦੇ ਜਿਹੜੇ ਸਕੂਲ ਆ ਅਤੇ ਉਹ ਕਿਹੋ ਜਿਹੇ ਹੁੰਦੇ ਹੈਗੇ। ਅਤੇ ਬਾਕੀ ਇੱਕ ਫੈਮਿਲੀ ਦੇ ਘਰ ਜਾਣਾ ਹੈਗਾ ਅਸੀਂ, ਕਿਉਂਕਿ ਇੰਨੀਆਂ ਸਾਰੇ ਇਨਵੀਟੇਸ਼ਨ ਆਏ ਨਾ ਜਿੰਨਾ ਟਾਈਮ ਅਸੀਂ ਇੱਥੇ ਸੀਗੇ, ਪੁੱਛੋ ਨਾ, ਲੰਚ ਡਿਨਰ ਲੰਚ ਡਿਨਰ, ਸਾਰਿਆਂ ਨੂੰ ਤਾਂ ਮਤਲਬ ਦਿਖਾਇਆ ਵੀ ਜਾਂ ਤੁਹਾਡੇ ਨਾਲ ਮਿਲਾਇਆ ਵੀ ਨਹੀਂ ਜਾ ਸਕਿਆ, ਸਕਦਾ ਹੀ ਨਹੀਂ ਸੀਗਾ, ਕਿਉਂਕਿ ਹਰ ਰੋਜ਼ ਹੀ ਕਿਤੇ ਨਾ ਕਿਤੇ ਜਾਣਾ ਹੁੰਦਾ ਸੀ, ਇੰਨੇ ਇਨਵੀਟੇਸ਼ਨ ਸੀਗੇ। ਸੋ ਦੇਖਦੇ ਹਾਂ ਕਿਵੇਂ ਦਾ ਰਹਿੰਦਾ ਆਪਣਾ ਅੱਜ ਦਾ ਦਿਨ। ਜਿੰਨਾ ਟਾਈਮ ਨਾ ਅਸੀਂ UK ਰਹੇ, ਸਾਡੀ ਬਾਗਡੋਰ ਸਾਰੀ ਇਹਨਾਂ ਦੇ ਹੱਥ ਕਮਾਂਡ ਸੀ ਜੀ, ਇਹਨਾਂ ਨੇ ਕਿੱਥੇ ਲੈ ਕੇ ਜਾਣਾ ਕਿੱਥੇ ਨਹੀਂ ਲੈ ਕੇ ਜਾਣਾ, ਅਤੇ ਸਾਰਾ ਡੋਰ ਛੱਡ ਦਿੰਦੇ ਸੀ, ਡੋਰ ਖਿੱਚ ਲੈਂਦੇ ਸੀਗੇ। ਇਹ ਸਾਡੇ ਨਾਲ ਭੈਣ ਸੰਦੀਪ, ਅਤੇ ਬਾਕੀ ਹੁਣ ਸਿੱਧਾ ਪਹਿਲਾਂ ਮਾਰਕੀਟ ਚੱਲਦੇ ਹਾਂ। ਬਾਹਰ ਦੀ ਜ਼ਿੰਦਗੀ ਟਫ ਲਾਈਫ ਆ ਯਾਰ, ਥੋੜ੍ਹੀ ਜੀ ਹਾਰਡ ਆ ਯੂ ਨੋ। ਇਹ ਹੁਣ ਅਸੀਂ ਪਹੁੰਚਿਆਂ ਇੱਕ ਸ਼ੋਪਿੰਗ ਸੈਂਟਰ ਤੇ, ਨਿੱਕਾ ਜਿਹਾ ਸ਼ੋਪਿੰਗ ਸੈਂਟਰ, ਕਿਉਂਕਿ ਅਸੀਂ ਕਿਸੇ ਦੇ ਘਰੇ ਜਾਣਾ ਨਾ, ਅਸੀਂ ਕੁਝ ਗਿਫਟਸ ਲੈਣੇ ਸੀਗੇ। ਹਾਂ ਵੀ ਜਦੋਂ ਅਸੀਂ ਕਿਸੇ ਦੇ ਘਰੇ ਜਾਂਦੇ ਆ ਤਾਂ ਅਸੀਂ ਉਹਨਾਂ ਵਾਸਤੇ ਤੋਹਫੇ ਲੈ ਕੇ ਵੀ ਜਾਂਦੇ ਆ, ਤੇ ਜਦੋਂ ਕਿਸੇ ਦੇ ਘਰੇ ਕੋਈ ਬੱਚਾ ਹੋਵੇ ਤੇ ਜਦੋਂ ਵਾਪਸ ਆਉਣੇ ਉਦੋਂ ਉਹਨੂੰ ਸ਼ਗਨ ਵੀ ਦੇ ਕੇ ਆਉਣੇ ਆ, ਕਿਉਂਕਿ ਮੈਂ ਇੱਕ ਦੋ ਜਾਣੇ ਮੈਸੇਜ ਕਰਦੇ ਹੁੰਦੇ ਆ ਨਾ ਕਿ ਤੁਸੀਂ ਜਦੋਂ ਕਿਸੇ ਦੇ ਘਰੇ ਜਾਂਦੇ ਹੋ ਖਾਲੀ ਹੱਥੀ ਚਲੇ ਜਾਂਦੇ ਹੋ, ਭਰਾਵੋ ਸਾਨੂੰ ਬਰਤਣਾ ਆਉਂਦਾ, ਅਸੀਂ ਪੰਜਾਬੀ ਆ ਤੇ ਅਸੀਂ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ, ਸਾਨੂੰ ਪਤਾ ਕਿਸੇ ਦੇ ਘਰੇ ਕਿਵੇਂ ਜਾਈਦਾ। ਤੇ ਦੂਜੀ ਗੱਲ, ਜੇ ਅਸੀਂ ਇਹੀ ਚੀਜ਼ਾਂ ਆਉਂਦਾ ਕੈਮਰਾ ਦਿਖਾਉਣ ਲੱਗ ਗਏ ਵੀ ਆਹ ਲਓ ਜੀ ਅਸੀਂ 100 ਪਾਉਂਡ ਕਿਸੇ ਨੂੰ ਦੇ ਆਏ, ਅਸੀਂ ਸ਼ਗਨ ਦੇ ਆਏ, ਫਿਰ ਤੁਸੀਂ ਕਹੋਗੇ ਵੀ ਪਤਾ ਨਹੀਂ ਇਹ ਦਿਖਾਵਾ ਕਰਦੇ ਆ। ਸੋ ਸਿੱਕੇ ਦੇ ਇਹ ਤਾਂ ਜਿਹੜੇ ਬੰਦੇ ਹੁੰਦੇ ਨੇ ਕਿਸੇ ਪਾਸੇ ਦੁਨੀਆ ਕਿਸੇ ਪਾਸੇ ਨਹੀਂ, ਮਾਣੇ ਨਹੀਂ, ਟੈਨਸ਼ਨ ਨਾ ਲਿਆ ਕਰੋ, ਕੁਛ ਨਹੀਂ ਹੁੰਦਾ। ਦੋ ਜਾਣੇ ਆ ਖਾ ਕੇ ਨਹੀਂ ਹੁੰਦੀ, ਕਿਉਂਕਿ ਹੁਣ ਅਸੀਂ ਵੀ ਵਰਤਦੇ ਹਾਂ ਇੱਥੇ, ਹੁਣ ਅਸੀਂ ਇਹ ਥੋੜਾ ਗਾ ਵੀ ਸਭ ਕੁਝ ਅਗਲੇ ਨੂੰ ਦਿਖਾ ਕੇ ਦਿੰਨੇ ਵੀ ਤੁਸੀਂ ਆਹ ਦੇ ਰਹੇ ਆ, ਆਪਾਂ ਕੈਮਰੇ ਮੂਹਰੇ ਐ ਕਰੀਏ ਵੀ ਆਹ ਲਓ ਜੀ 100 ਪਾਉਂਡ ਮੈਂ ਦੇ ਰਹੀ ਆ। ਹੁਣ ਖੁਸ਼ੀ ਨਾ ਕਦੇ ਕਦੇ ਜ਼ਿਆਦਾ ਮਾਈਂਡ ਕਰ ਜਾਂਦੀ ਹੈ। ਮੈਂ ਇਹਨੂੰ ਕਹਿੰਦਾ ਹੁੰਦਾ ਵੀ ਜਦੋਂ ਨਾ ਤੁਸੀਂ ਪਬਲਿਕ ਫਿਗਰ ਹੋ, ਉਹਦੇ 'ਚ ਸਾਰਾ ਕੁਛ ਆਉਂਦਾ ਹੁੰਦਾ, ਉਹਦੇ 'ਚ ਪੋਜ਼ਿਟਿਵ ਨੈਗੇਟਿਵ ਹੇਟ ਲਵ, ਉਹਦੇ 'ਚ ਸਾਰਾ ਕੁਛ ਆਉਂਦਾ, ਸਾਰਾ ਕੁਛ ਐਕਸੈਪਟ ਕਰੋ। ਕਈਆਂ ਨੂੰ ਨਾ ਵਿੱਚ ਹੁੰਦੇ ਆ ਕੁਛ, ਕਈਆਂ ਨੂੰ ਵੀ ਨੁਕਤਾ ਚੀਨੀ ਦੀ ਵੀ ਆਦਤ ਹੁੰਦੀ ਆ ਕਿਤੇ ਨਾ ਕਿਤੇ, ਬਸ ਕੁਛ ਨਾ ਕੁਛ ਕਹਿਣ ਦੀ, ਆਹ ਕਰਨ ਦੀ, ਮਤਲਬ ਨੁਕਸ ਕੱਢਣ ਦੀ। ਜਦੋਂ ਤੁਸੀਂ ਕਿਤੇ ਮਤਲਬ ਅਸੀਂ ਮੈਂ ਵੀ ਦੇਖਿਆ ਈਵਨ ਕਿ ਇੱਕ ਦੋ ਵਾਰ ਜਦੋਂ ਅਸੀਂ ਕਿਸੇ ਫੈਮਿਲੀ ਦੇ ਘਰ ਮਿਲ ਕੇ ਆਈਏ, ਰਹਿ ਕੇ ਉਹਨਾਂ ਨੇ ਨਿਆਣਾ ਹੋਵੇ, ਕਹਿੰਦੇ ਆ ਤੁਸੀਂ ਚੁੱਪ ਕਰਕੇ ਤੁਰੇ ਆਏ ਸੀ ਕਿ ਸ਼ਗਨ ਦੇ ਆਏ, ਵੀ ਹੁਣ ਦਿਖਾ ਕੇ ਅੱਛਾ ਤੁਹਾਨੂੰ ਦਿਖਾਉਣ ਦੇ ਪਾਕਿਸਤਾਨ ਵੀ ਰਹੇ ਆ ਅਸੀਂ, ਸਾਰੇ ਨੂੰ ਪਿਆਰ ਦੇ ਕੇ ਆ, ਐਡੀ ਗੱਲ ਹੀ ਹੁੰਦੀ। ਹਾਂਜੀ ਜੇ ਸਾਨੂੰ ਕੋਈ ਕਮਾਉਂਦਾ ਆਪਾਂ ਤੇ ਹੁਣ ਨਾਸਰ ਬਾਈ ਹੁਣੇ ਸ਼ਾਇਦ ਹੁਣ ਵਲੌਗ ਦੇਖਦੇ ਹੋਣ ਜਾਂ ਨਾ ਦੇਖਦੇ ਹੋਣ, ਮੈਂ ਤੁਹਾਨੂੰ ਵੀ ਫਰੈਂਕਲੀ ਹੁਣ ਦੱਸਾਂ, ਚਲੋ ਅੱਜ ਗੱਲ ਛਿੜ ਪੈਂਦੀ ਕਈ ਵਾਰੀ, 51,000 ਰੁਪਏ ਅਸੀਂ ਸ਼ਗਨ ਦੇ ਗਏ ਹਾਂ, 51,000 ਰੁਪਇਆ। ਤੇ ਕਈਆਂ ਦੇ ਨਾ ਉਦੋਂ ਮੈਸੇਜ ਆਏ ਸੀ, ਮੈਂ ਵੀ ਪੜ੍ਹਿਆ ਸੀ, ਨਾਸਰ ਬਾਈ ਨੂੰ ਵੀ ਆਏ, ਨਾਸਰ ਬਾਈ ਨੇ ਮੈਨੂੰ ਦਿਖਾਇਆ, ਕਹਿੰਦੇ ਇਹਨਾਂ ਤੋਂ ਤੇਲ ਪਵਾ ਲਿਆ ਕਰੋ, ਕਿ ਫਰੀ ਦਾ ਘੁੰਮਦੇ ਆ ਤੁਹਾਡੇ ਨਾਲ, ਇਹਨਾਂ ਨੂੰ ਫਰੀ ਦਾ ਨਾ ਕਮਾਓ, ਇਹਨਾਂ ਨੂੰ ਯੂਟਿਊਬ ਤੋਂ ਪੈਸੇ ਆਉਂਦੇ ਆ, ਸਾਨੂੰ ਪਤਾ ਹੈ ਅਸੀਂ ਕਿਸੇ ਨਾਲ ਕਿਵੇਂ ਮਿਲਣਾ, ਕਿਵੇਂ ਵਰਤਣਾ। ਪਰ ਛੱਡੋ, ਇਹ ਸਾਰਿਆਂ ਲਈ ਨਹੀਂ ਹੈਗਾ, ਇੱਕੇ ਦੁੱਕੇ ਲੋਕਾਂ ਲਈ ਮੈਸੇਜ ਸੀਗਾ ਜਿਹੜੇ ਕਮੈਂਟਸ ਕਰਕੇ ਪੁੱਛਦੇ ਹੁੰਦੇ ਆ, ਜਾਂ ਫਿਰ ਇੱਦਾਂ ਕਰਿਆ ਕਰੋ, ਤੁਹਾਨੂੰ ਨਾ ਨੰਬਰ ਦੇ ਦਿਆ ਕਰਾਂਗੇ, ਤੁਸੀਂ ਬਾਅਦ 'ਚ ਵਰਬਲੀ ਮਤਲਬ ਫੋਨ ਕਾਲ 'ਤੇ ਪੁੱਛ ਲਿਆ ਕਰੋ, ਕਨਫਰਮ ਕਰ ਲਿਆ ਕਰੋ ਵੀ ਕਿੰਨੇ ਪੈਸੇ ਤੁਹਾਨੂੰ ਦੇ ਗਏ ਸੀ ਕਿ ਨਾ। ਇਹ ਆ ਗਿਆ GHM ਦਾ ਸਟੋਰ, HNM ਵੈਸੇ ਆਪਣੇ ਵੀ ਹੈ ਇੰਡੀਆ, ਆਪਣੇ ਤੋਂ ਵਾਧੂ ਹੈ।
ਚਲੋ ਇਹ ਸੁੱਕ ਇੱਥੇ ਮੁੰਡਿਆਂ ਵਾਲਾ ਵੀ ਹੁੰਦਾ ਹੈ ਨਾ, ਆਪਾਂ ਗਿਫਟ ਲੈਣੇ ਜਿਨ੍ਹਾਂ ਨੇ ਆਪਾਂ ਘਰ ਜਾਣਾ ਹੈਗਾ, ਤੂੰ ਆਪਣਾ ਬਾਅਦ ਚ ਦੇਖ ਲਈ। ਇਹ ਤਾਂ ਸਾਰੇ ਕਿਤੇ ਆਪਣਾ ਦੇਖਣ ਲੱਗ ਜਾਂਦੇ ਆ ਖੁਸ਼ੀ ਤਾਂ। ਵਿਦਵਾਨ ਜੀ ਆ ਲੈ ਲਿਆ ਸਮਾਨ, ਦੇਖੋ ਅੱਜ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਸਾਰਿਆਂ ਨੂੰ, ਤੇ ਬਾਕੀ ਦਿਖਾ ਦਿਖਾ ਗਿਫਟ ਦੇਣੇ ਆ। ਬਾਕੀ ਖੁਸ਼ੀ ਥੋੜੀ ਜ਼ਿਆਦਾ ਟੈਨਸ਼ਨ ਲੈ ਜਾਂਦੀ ਆ, ਮੈਂ ਟੈਨਸ਼ਨ ਘੱਟ ਲੈਣਾ ਹੁੰਦਾ ਤੇ ਇਹਨੂੰ ਇਗਨੋਰ ਕਰਿਆ ਕਰੋ ਜੀ ਜਿਹੜੇ ਇਹੋ ਜਿਹੇ ਦੋ ਚਾਰ ਹੁੰਦੇ ਆ, ਠੀਕ ਹੈ। ਤੇ ਬਾਕੀ ਆ ਫੜੋ ਸਮਾਨ, ਤੇ ਰੋਟੀ ਹਜਮ ਆਉਣੀ ਚਾਹੀਦੀ ਆ ਕਿਸੇ ਵੀ ਢੰਗ ਨਾਲ ਜਿਹੜੇ ਬੋਲਣ ਵਾਲੇ। ਅੱਜ ਦੇਖ ਲਓ ਜੇ ਤੁਹਾਡੇ ਅੱਜ ਜਿਹੜਾ ਕਮੈਂਟ ਕਰਨ ਵਾਲੇ ਹੁੰਦੇ ਜਿਹੜੇ ਇੱਕ ਦੋ, ਉਹਨਾਂ ਦੇ ਜੇ ਰੋਟੀ ਹਜਮ ਆਜੂ ਕਿਸੇ ਢੰਗ ਨਾਲ ਆਉਣੀ ਚਾਹੀਦੀ ਆ ਭਾਈ। ਅੰਡਰਸਟੈਂਡ ਕਰਦੀ ਆ ਵੀ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਛੱਡਿਆ ਸੀ, ਆਪਾਂ ਤਾਂ ਆਪ ਨੂੰ ਹਾਂਜੀ ਬਸ ਇੱਥੇ ਲੋਕ ਨਾ ਮੋਦੀ ਨੂੰ ਛੱਡਦੇ, ਨਾ ਭਗਵੰਤ ਮਾਨ ਨੂੰ ਛੱਡਦੇ ਆ, ਨਾ ਦਲਜੀਤ ਨੂੰ ਛੱਡਦੇ, ਉਹਨੂੰ ਕਹਿੰਦੇ ਐਲੂਮੀਨਾਟੀ ਆ ਤੇ ਉਹਨਾਂ ਦਾ ਕੰਮ ਹੈ। ਅੰਬਾਨੀਆਂ ਦੇ ਸ਼ੋਅ ਤੇ ਜਾਏ ਹੁਣ ਕਹਿੰਦੇ ਨੇ ਅੰਬਾਨੀਆਂ ਤੋਂ ਕਰੋੜਾਂ ਰੁਪਏ ਕਿਉਂ ਖਾ ਲਿਆ, ਇਹ ਉਹਨਾਂ ਦਾ ਕੰਮ ਹੈ, ਹੁੰਦੇ ਇੱਕ ਦੋ ਆ ਜ਼ਿਆਦਾ ਪਿਆਰ ਕਰਨ ਵਾਲੇ ਆ, ਤੇ ਸਾਰਿਆਂ ਨੂੰ ਨਹੀਂ ਮੈਂ ਇੱਥੇ ਕਹਿ ਰਿਹਾ, ਤੇ ਜਿਨ੍ਹਾਂ ਨੂੰ ਕਿਹਾ ਹੁਣ ਉਹਨਾਂ ਨੂੰ ਆਪੇ ਪਤਾ ਲੱਗਣਾ। ਆਪਾਂ ਲੱਕੀ ਆ ਵੀ ਮੋਸਟ ਆਫ ਸਾਰੇ ਜਣੇ ਆਪਾਂ ਨੂੰ ਪਿਆਰ ਕਰਦੇ ਨੇ। ਛੱਡੋ ਛੱਡੋ ਛੱਡੋ, ਲੈ ਵੀ ਹੁਣ ਆਪਾਂ ਪਹੁੰਚਣਾ ਭੈਣ ਦੀ ਇੱਕ ਫਰੈਂਡ ਆ ਉਹਨਾਂ ਦੇ ਘਰ, ਤੇ ਬਾਈ ਸਾਰਿਆਂ ਨੂੰ ਐਤਕੀ ਮਿਲਿਆ ਨਹੀਂ ਗਿਆ, ਮੈਂ ਨਾ ਵੀਡੀਓ 'ਚ ਹੀ ਮਾਫੀ ਮੰਗ ਲੈਣਾ ਕਿਉਂਕਿ ਸਾਰੇ ਜਣੇ ਬੁਲਾ ਰਹੇ ਸੀ ਤੇ ਸਾਡੇ ਕੋਲ ਟਾਈਮ ਘੱਟ ਸੀ, ਤੇ ਤਾਂ ਕਰਕੇ ਜਿੰਨੇ ਕੁ ਨੂੰ ਮਿਲਿਆ ਗਿਆ ਉਹਨਾਂ ਦਾ ਜਾਂ ਜਿਨ੍ਹਾਂ ਦੇ ਘਰ ਗਏ ਤੇ ਉਹਨਾਂ ਦਾ ਠੀਕ ਹੈ, ਪਿਆਰ ਸਤਿਕਾਰ ਬਹੁਤ ਸਾਰਾ। ਬਾਕੀ ਨੈਕਸਟ ਟਾਈਮ ਸਹੀ ਭਰਾਵੋ, ਅਗਲੀ ਵਾਰ ਮਿਲਾਂਗੇ ਜਦੋਂ ਚੂਨ ਚਾਵਾਂਗੇ ਉਦੋਂ। ਓਏ ਆਪਾਂ ਡੈਡੀ ਲਈ ਵੀ ਕੁਛ ਸਮਾਨ ਲੈਣਾ ਸੀ, ਹੋਰ ਸ਼ਾਪਿੰਗ ਕਰਨੀ ਹੈ ਨਾ ਨਾਲੇ, ਪਹਿਲਾਂ ਉਧਰ ਜਾਈਏ ਨਾ। ਹਾਂ ਪਹਿਲਾਂ ਘਰੇ ਜਾਈਏ, ਚਲੋ ਪਹਿਲਾਂ ਘਰੇ ਠੰਡਾ ਹੋ ਰਿਹਾ ਯੂ ਨੋ, ਇੰਨਾ ਹੋਰ ਇਨਵਾਈਟ ਕਾਹ ਕਰ ਰਹੇ। ਚਲੋ 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 ਚਲੋ, ਜਦੋਂ ਆਪਾਂ ਦੂਸਰੇ। ਜੀ 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 ਠੀਕ ਹੈ ਠੀਕ ਹੈ ਠੀਕ ਹੈ ਓਕੇ। ਅਸੀਂ ਨਾ ਹਜੇ ਹੁਣ ਆਪਣੇ ਲਈ ਵੀ ਸ਼ਾਪਿੰਗ ਕਰਨੀ ਹੈ ਕੁਛ ਥੋੜ੍ਹੀ ਬਹੁਤ, ਕਿਉਂਕਿ ਅਸੀਂ ਅਗਲੇ ਟੂਰ 'ਤੇ ਜਾਣਾ, ਇੱਥੋਂ ਹੀ ਜਾਣਾ, ਇੰਗਲੈਂਡ ਤੋਂ ਅਗਲਾ ਟੂਰ ਸਾਡਾ ਸ਼ੁਰੂ ਹੋ ਜੂਗਾ, ਅਤੇ ਉਹ ਕਿੱਥੇ ਜਾਣਾ ਤੁਹਾਨੂੰ ਦੱਸ ਦੇਣਾ, ਇਜਿਪਟ ਅਤੇ ਜੋਰਡਨ, ਮਿਸਰ ਦੇਸ਼ ਜਿਹਦੇ ਬਾਰੇ ਤੁਸੀਂ ਸੁਣਦੇ ਹੁੰਦੇ ਸੀ, ਅਤੇ ਉੱਥੇ ਜਾਣਾ, ਅਤੇ ਬਾਕੀ ਜੋਰਡਨ ਜਾਣਾ, ਅਤੇ ਹੋ ਸਕੇ ਇੱਕ ਅੱਧਾ ਨਾਲ ਕੰਟਰੀ ਹੋਰ ਕਰਾਂਗੇ, ਤਿੰਨ ਕੰਟਰੀਜ ਕਰਨ ਦੀ ਸੋਚ ਰਹੇ ਹਾਂ ਅਸੀਂ ਅਪ੍ਰੈਲ ਮਹੀਨੇ ਦੇ ਵਿੱਚ, ਅਤੇ ਬਾਕੀ ਦੇਖਦੇ ਹਾਂ ਕਿਵੇਂ ਦਾ ਰਹੂ ਸਫ਼ਰ, ਹਜੇ ਸਾਨੂੰ ਲੱਗ ਜਾਣਗੇ ਕੁਛ ਦਿਨ ਹਜੇ, ਅਤੇ ਕੁਛ ਕੁ ਦਿਨਾਂ 'ਚ ਜਲਦੀ ਨਿਕਲਾਂਗੇ, ਵੀਜ਼ੇ ਵੂਜ਼ੇ ਤਾਂ ਸਾਡੇ ਆਏ ਪਏ ਆ, ਅਤੇ ਬਸ ਫਲਾਈਟ ਟਿਕਟ ਲੈਣੀ ਹੈ। ਦੇਖੋ ਧੁੱਪ ਨਿਕਲੇ ਯਾਰ, ਧੁੱਪ ਨਿਕਲੀ 'ਚ ਐਡਾ ਸੋਹਣਾ ਲੱਗਦਾ ਇੱਥੇ ਆਲਾ ਦੁਆਲਾ, ਕਿਹੜਾ ਸੋਹਣਾ ਲੱਗ ਰਿਹਾ ਅੱਜ, ਹੈ ਨਾ, ਘਰ ਘੁਰ ਵੀ ਚਮਕ ਰਹੇ ਆ। ਜਦੋਂ ਵੀ ਫੋਨ ਕਰੋ ਇੰਡੀਆ ਤੋਂ ਅਸੀਂ, ਕਿੱਥੇ ਆ ਸੰਦੀਪ, ਮੈਕਡੀ ਮੈਕਡੀ ਸੇਧ ਦਾ ਰਾਜ ਇਹਨਾਂ ਦੀ। ਇਹ ਜਿਹੜੀ ਬਰਗਰ ਵਰਗੀ ਸਾਡੀ ਭੈਣ ਹੋਈ ਪਈ ਆ ਨਾ, ਕੋਈ ਪਰਵਾਹ ਨੀ ਕਰਦਾ, ਮੈਨੂੰ ਕੋਈ ਫਰਕ ਨੀ ਪੈਂਦਾ, ਕਿਉਂਕਿ ਬੰਦਾ ਯਾਰ ਆਪਣੀ ਜਗ੍ਹਾ ਸਹੀ ਹੋਣਾ ਚਾਹੀਦਾ, ਠੀਕ ਹੈ, ਮੈਨੂੰ ਕੋਈ ਟੈਨਸ਼ਨ ਨਹੀਂ। ਜੇ ਕੁੜੀ ਇੱਕ ਕਿਲੋ ਵੀ ਆਪਣਾ ਵਜਨ ਘਟਾ ਦੇ ਪੰਜ। ਅੱਛਾ ਹੁਣ ਮੈਨੂੰ ਪਤਾ ਲੱਗਿਆ, ਪਹਿਲਾਂ ਪਤਾ
ਰਿਪਨ ਮੇਰਾ ਵੇਟ ਨਹੀਂ ਘਟਦਾ, ਫੋਨ ਤੇ ਗੱਲ ਕਰਦੀ, ਮੈਂ ਡਾਈਟ ਦੱਸੀ ਜਾਣੀ ਸੰਦੀਪ, ਪ੍ਰੋਟੀਨ ਵਾਲੀਆਂ ਚੀਜ਼ਾਂ ਖਾਇਆ ਕਰ, ਆਹ ਖਾਇਆ ਕਰ, ਇੱਦਾਂ ਖਾਇਆ ਕਰ, ਹੁਣ ਜਦੋਂ ਸਵੇਰੇ ਉੱਠ ਕੇ ਕਰਦਾ ਕੱਪ ਚਾਹ ਦਾ ਨਾਲ ਕੌਲੀ ਬਦਾਣੇ ਭੁਜੇ ਦੀ, ਪੰਜ ਬਰਫੀਆਂ, ਵੇਟ ਵੇਟ ਕੀ ਕਰੂਗਾ, ਵੇਟ ਦਾ ਕੋਈ ਹੱਲ ਨਹੀਂ ਹੈਗਾ। ਚੈਲੇਂਜ ਹੈ, ਅਸੀਂ ਤਿੰਨ ਚਾਰ ਮਹੀਨੇ ਬਾਅਦ ਫਿਰ ਇੰਗਲੈਂਡ ਆਉਣਾ ਹੈਗਾ, ਉਦੋਂ ਤੱਕ ਤਾਂ ਇਹਨੂੰ ਭੈਣ ਮੇਰੇ ਨੂੰ ਚੈਲੇਂਜ ਹੈ ਵੀ 1001 ਪਾਉਂਡ, 1001 ਪਾਉਂਡ ਨਾਮ ਦਾ ਜੇ ਇਹ ਆਪਦਾ ਵੇਟ ਘਟਾ ਜੇ। That's it. ਉਹ ਇੰਨੀ ਵੀ ਮੋਟੀ ਨਹੀਂ ਰਹੀ। ਨਹੀਂ, ਮੇਰੀ ਮੇਰੀ ਪਤਾ ਮਜਬੂਰੀ ਕੀ ਹੈ? ਵੀ ਮੈਂ ਆਪਣੇ ਇੰਡੀਅਨ ਸਵੀਟਸ ਨਹੀਂ ਛੱਡ ਸਕਦੀ। ਬਸ ਬਸ ਉਹੀ ਤਾਂ ਪ੍ਰੋਬਲਮ ਹੈ, ਉਹੀ ਪ੍ਰੋਬਲਮ ਹੈ। ਇਹ ਅਸੀਂ ਪਹੁੰਚ ਗਏ ਜੀ ਮੋਗੇ ਵਾਲਿਆਂ ਦੇ ਘਰੇ। ਆ ਲਓ, ਨੰਬਰ ਦੇਖ ਕੇ ਪਤਾ ਲੱਗ ਜਾਂਦਾ ਵੀ ਪੰਜਾਬੀ ਨੇ, ਰਾਜ ਇੰਡੀਅਨ ਨੇ ਜਾਂ ਹੈ ਰਾਜ। ਇਹ ਭੈਣ ਨੇ ਨਾ ਸਾਨੂੰ ਵੀ ਆਪਦੇ ਵਰਗੇ ਕਰਾਤਾ ਖਵਾ ਖਵਾ, ਇੰਨੇ ਦਿਨਾਂ 'ਚ ਆਪਦੀਆਂ ਸਾਰੀਆਂ ਸਹੇਲੀਆਂ, ਭਾਜੀ ਦੇ ਇੰਨੇ ਦੋਸਤ ਸਹੁਰਿਆਂ ਦੇ ਘਰ ਹਵਾ ਕਰਦੇ ਵੀ ਅਸੀਂ ਪੰਜਾਬੀ ਟਰੈਵਲ ਕਪਲ ਸਾਡੇ ਨੇ। ਹੈਲੋ ਭੈਣੇ, ਸਤਿ ਸ਼੍ਰੀ ਅਕਾਲ, ਕਿਵੇਂ ਹੋ? ਅਸੀਂ ਮਿਲੇ ਆ 5 ਸਾਲ ਬਾਅਦ ਸਾਰਿਆਂ ਨੂੰ, ਵੈਸੇ ਮੈਂ ਇਹਨਾਂ ਨੂੰ ਜਾਣਦਾ, ਕਿਤੇ ਨਾ ਕਿਤੇ ਮਿਲਦੇ ਗਿਲਦੇ ਰਹੀਦਾ। ਤੇ ਇਹ ਨੇ ਪਰਮਿੰਦਰ ਭੈਣ, ਇਹਨੇ ਲੱਲੇ ਪਿੰਡ ਤੋਂ, ਤੁਹਾਡਾ ਪਿੰਡ ਮੋਗੇ ਚ ਆਉਂਦਾ ਕਿਹੜੇ ਚ ਆਉਂਦਾ? ਮੋਗੇ ਚ, ਮੋਗਾ ਮੈਂ ਰਾਈਟ, ਪਰ ਪੈਂਦਾ ਇਹ ਫਿਰੋਜ਼ਪੁਰ ਦੇ, ਫਿਰੋਜ਼ਪੁਰ ਰੋਡ ਦੇ ਹਨਾ। ਹਾਂਜੀ, ਚਲੋ ਹੁਣ ਮੈਮਰੀ ਬਹੁਤ, ਹਾਂ ਮੈਮਰੀ ਮੇਰੀ ਬਹੁਤ, ਮੈਮਰੀ ਆ ਸਿਰ ਤੇ ਤਾਂ ਦੁਨੀਆ ਘੁੰਮੀ ਜਾਂਦੇ ਆ। ਚਲੋ ਜੀ ਹੁਣ ਆ ਜੀ ਅਸੀਂ ਅੰਦਰ, ਥੈਂਕ ਯੂ। ਬਹੁਤਿਆਂ ਨੇ ਤਾਂ ਬਾਈ ਸਾਡਿਆਂ ਕਰਕੇ ਛੁੱਟੀਆਂ ਵੀ ਮਾਰ ਮਾਰ ਰੱਖੀਆਂ, ਕਹਿੰਦੇ ਵੀ ਰਿਪਨ ਨੂੰ ਖੁਸ਼ ਨਹੀਂ ਮਿਲਣਾ। ਮੈਂ ਕਿਹਾ ਇਹ ਸਾਡੇ ਵਾਲੇ ਬਹੁਤ ਉਹ ਕਰਦੇ ਆ, ਥੋੜ੍ਹਾ ਜਿਹਾ ਹਵਾ ਕਰਦੇ ਆ ਵੀ ਹਾਂ ਰਿਪਨ ਖੁਸ਼ੀ ਆਏ ਆ ਵੀ ਸਾਰਿਆਂ ਨੂੰ ਮਿਲਾਈਏ, ਮਜ਼ਾਕ ਕਰਦਾ। ਹੋਰ ਜੀ ਸਾਰੇ ਜਾਣਦੇ ਆ ਖੁਸ਼ੀ ਨੂੰ, ਵੱਧ ਜਾਣਦੇ ਆ, ਕੁੜੀਆਂ ਬਹੁਤ ਫੈਨ ਆ ਖੁਸ਼ੀ ਦੀ। ਵਲੌਗ ਯਾਰ ਕੁਛ ਜ਼ਿਆਦਾ ਫਨੀ ਨਹੀਂ ਹੋ ਰਿਹਾ, ਵੈਸੇ ਵੈਸੇ ਆਪਣਾ ਇਨਫੋਰਮੇਸ਼ਨ ਹੁੰਦਾ ਤੇ ਸਾਰਾ ਤੁਹਾਨੂੰ ਘੁਮਾਉਂਦੇ ਫਰਾਉਂਦੇ ਰਹਿੰਦੇ ਹਨ, ਫਨੀ ਰੂਪ ਵੀ ਦੇਖ ਲਓ, ਫਨੀ ਫਨੀ ਘੱਟ ਹੁੰਦਾ ਹੈਗਾ। ਫੈਮਿਲੀ ਚ ਅਸੀਂ ਇਸ ਤਰ੍ਹਾਂ ਹੀ ਰਹਿੰਦੇ ਹਾਂ, ਫਨੀ ਫਨੀ। ਇਹ ਇੰਗਲੈਂਡ ਵਾਲੇ ਕਹਿੰਦੇ ਬਈ ਤੁਹਾਡਾ ਵੀ ਅਸੀਂ ਵੇਟ ਵਧਾ ਕੇ ਤੋਰਨਾ, ਹਰ ਰੋਜ਼ ਦਾ ਕੰਮ ਹੋ ਗਿਆ ਇਹ, ਪਕੌੜੇ ਸਪਰਿੰਗ ਰੋਲ, ਅਸੀਂ ਸੌਣੀ ਸਬੱਬੀ ਖਾਂਦੇ ਸੀ ਕਦੇ, ਤੇ ਨਜਾਇਜ਼ ਚੱਲਦਾ ਹੁਣ ਨਜਾਇਜ਼। ਇਹ ਮੇਰੀ ਭੈਣ, ਇਹ
ਨਾਲ ਐਪਰੀਸ਼ੀਏਟ ਕਰਦੇ, ਕਹਿੰਦੇ ਵੀ ਤੁਸੀਂ ਮੇਰੇ ਵੱਲ ਦੇਖੋ। ਮੈਂ ਅੱਜ ਦੇ ਵਲੌਗ ਚ ਸੰਦੀਪ ਤੈਨੂੰ ਪਤਲੀ ਹੋਣ ਲਈ ਮੋਟੀਵੇਟ ਕਰ ਦੇਣਾ, ਤੇ ਇਹ ਤੂੰ ਹਰ ਰੋਜ਼ ਵਲੌਗ ਦੇਖਿਆ ਕਰਨਾ ਫਿਰ। ਹੈ ਸੰਦੀਪ, ਅਨਸਬਸਕ੍ਰਾਈਬ ਕਰ ਦੇ ਮੈਨੂੰ। ਸਾਡੇ ਮਾਤਾ ਜੀ ਨੇ ਜੀ ਪਕੌੜਿਆਂ ਦੀ ਸੇਵਾ ਚ ਸਾਰੀ ਇਹਨਾਂ ਨੇ ਲਈ ਹੈ। ਬੇਬੇ ਬੇਬੀ ਜੀ ਇੱਥੇ ਤਾਂ ਪਕੌੜੇ ਲਾਉਣੇ ਸੌਖੇ, ਆਪਣੇ ਚੁੱਲ੍ਹਿਆਂ ਤੇ ਲਾਉਂਦੇ ਹੁੰਦੇ ਸੀ ਪਹਿਲਾਂ। ਹਾਂਜੀ ਹਾਂਜੀ, ਸੌਖੇ ਗੈਸ ਤੇ ਬਣਾਏ। ਲੈ ਫਿਰ ਮਾਤਾ ਨੂੰ ਸਾਰੀਆਂ ਨੂੰ ਸੁੱਖ ਹੈ ਨਾ, ਜਿਵੇਂ ਮੰਮੀ ਮੇਰੇ ਆ ਜਾਂਦੇ ਆ ਤੁਸੀਂ। ਚਲੋ ਇਹਨਾਂ ਨਾਲ ਵੀ ਮੇਲ ਮਿਲਾਪ ਹੋਇਆ ਅੱਜ 4-5 ਸਾਲ ਬਾਅਦ। ਵਿਆਹ ਵੇਲੇ ਮਿਲੇ ਸੀ ਆਪਾਂ ਵੀ। ਹਾਂਜੀ ਹਾਂਜੀ, ਉੱਥੇ ਲੱਲੇ ਵਿਆਹ ਤੇ ਮਿਲੇ ਆ। ਜੀ ਲੱਗਿਆ? ਵਧੀਆ ਵਧੀਆ ਲੱਗਿਆ ਜੀ, ਆਪਦਾ ਪਰਿਵਾਰ ਆ। ਚਲੋ ਵਧੀਆ ਵਧੀਆ। ਕਦੋਂ ਮੁੜਨਾ? ਬਸ ਮੈਂ ਮੁੜਨਾ 23 ਜੂਨ ਨੂੰ। 23 ਜੂਨ ਨੂੰ ਡੇਟਾਂ ਯਾਦ ਹੁੰਦੀਆਂ ਮਾਤਾ ਨੂੰ ਸਾਰੀਆਂ। ਲੈ ਵੀ ਗਾਰਡਨ ਚ ਵੀ ਮਾਰੇ ਹੀ ਇਹ ਗੇੜਾ। ਸੇਬ ਸੂਬ ਤੋੜ ਲਾਂਗੇ ਕੋਈ? ਸੇਬ ਸੁੱਕੇ ਪਏ ਆ, ਸੇਬ ਲੱਗਣਗੇ ਗਾਹਾਂ ਮਈ ਜੂਨ ਚ। ਆ ਸੇਬਾਂ ਦਾ ਦਰਖਤ ਲਾ ਰੱਖਿਆ ਹੈਗਾ। ਇਹ ਘਰ ਜੇ ਪਹਿਲਾਂ ਫਿਲਮਾਂ 'ਚ ਹੀ ਦੇਖਦੇ ਹੁੰਦੇ ਸੀਗੇ, ਅਤੇ ਹੁਣ ਤਾਂ ਬਸ ਇਹੀ ਦੇਖਦੇ ਹਾਂ ਚਾਰੇ ਪਾਸੇ। ਇਹ ਦੇਖੋ ਇਹ ਘਰ ਦਾ ਪਿਛਲਾ ਪਾਸਾ ਏਰੀਆ ਹੁੰਦਾ ਇੰਗਲੈਂਡ ਦੇ ਘਰਾਂ 'ਚ, ਇਹੋ ਜਿਹੇ ਘਰ ਹੁੰਦੇ ਆ, ਅਤੇ ਇਹ ਸਾਰਾ ਪਿਛਲਾ ਏਰੀਆ। ਗਰਮੀਆਂ 'ਚ ਤਾਂ ਬਾਹਰ ਵੀ ਬਹਿੰਦੇ ਹੋਣਗੇ ਹੈ ਨਾ, ਰੌਣਕ ਵਧੀਆ ਲੱਗਦੀ ਹੈ ਸੰਦੀਪ। ਇੱਥੇ ਲੱਗਦੇ ਆ ਮਾਤਾ ਜੀ? ਇਹ ਸੇਬਾਂ ਦਾ ਬੂਟਾ। ਅੱਛਾ, ਆਲੂ ਬੁਖਾਰਿਆਂ ਦਾ ਵੀ ਇੱਕ? ਅੱਛਾ, ਕਸ਼ਮੀਰ ਚ ਹੀ ਰਹਿੰਦੇ ਹੋ ਤੁਸੀਂ ਤਾਂ? ਸਵਰਗ ਹੈ ਇਹ, ਕਸ਼ਮੀਰ ਚ ਰਹਿੰਦੇ ਹੋ ਹੈਨਾ, ਸਵਰਗ ਹੈ ਸਵਰਗ। ਤਾਂ ਤੁਹਾਡਾ ਜੀ ਨੀ ਕਰਦਾ ਪੰਜਾਬ ਮੁੜਨ ਨੂੰ। ਮੈਂ ਕਿਹਾ ਕਦੋਂ ਜਾਣਾ, ਕਹਿੰਦੇ ਹਜੇ ਨੀ ਜਾਣਾ। ਜੂਨ ਚ ਆਵਾਂਗੇ ਅਸੀਂ ਵੀ, ਜ਼ਿਆਦਾ ਟਾਈਮ ਲੈ ਕੇ ਜੂਨ ਦੇ ਮਹੀਨੇ ਆਵਾਂਗੇ ਜੀ, ਉਦੋਂ ਲਾਵਾਂਗੇ ਮਹਿਫਲਾਂ ਨਾਲ, ਫਿਰ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ। ਜਿਹਨਾਂ ਜਿਹਨਾਂ ਨੂੰ ਐਤਕੀ ਨਹੀਂ ਮਿਲਿਆ ਗਿਆ, ਜਿਹਨਾਂ ਜਿਹਨਾਂ ਦੀਆਂ ਲਾਂਭੇ ਆ ਜਿਹਨਾਂ ਦੇ, ਉਹ ਸਾਰੇ ਲਾਂਭੇ ਵੀ ਲਾ ਦੇਣੇ। ਕਿਉਂ ਮਾਤਾ ਜੀ? ਨਿਆਣਿਆਂ ਨੂੰ ਲਿਆਉਣ ਦਾ ਟਾਈਮ ਹੋ ਗਿਆ, ਤਾਂ ਕਰਕੇ ਮਹਿਫਲ ਵਿਜੜੀ ਆ ਇਹ। ਨਹੀਂ ਦੇਖ ਲੋ ਸਾਨੂੰ ਐਨ ਹੋ ਗਿਆ 2 ਘੰਟੇ, ਤੇ ਕਿੱਥੇ ਹੱਲਿਆ ਜਾਂਦਾ ਹੈਗਾ। ਜਦੋਂ ਇੱਕ ਵਾਰੀ ਬਹਿ ਜਾਓ ਗੱਲਾਂ ਬਾਤਾਂ ਪੰਜਾਬ ਦੀਆਂ ਪੁਰਾਣੀਆਂ ਸਾਰੀਆਂ, ਤੇ ਹੁਣ ਭਾਣਜੇ ਨੂੰ ਚੱਕਣਾ ਸਕੂਲ ਤੋਂ, ਤੇ ਅਸੀਂ ਤੁਰਨ ਲੱਗੇ ਆ। ਦੇਖ ਲੋ ਕਿੰਨਾ ਸਾਫ਼ ਸੁਥਰਾ ਆਲਾ ਦੁਆਲਾ ਹੈ। ਇੰਗਲੈਂਡ 'ਚ ਇਹੋ ਜਿਹੇ ਘਰ ਦੇਖਦੇ ਆ ਯਾਰ, ਬਾਕੀ ਨਹੀਂ ਹੋਰ ਕਿਤੇ ਦੇਖਦੇ। ਬਾਕੀ ਇਹ 'ਚ ਘਰਾਂ ਦਾ ਹੋਰ ਸਟਾਈਲ ਦਾ ਫਰਕ ਹੈ, ਇੰਗਲੈਂਡ ਦੇ ਸਾਰੇ ਘਰ ਇਹੋ ਜਿਹੇ ਆ, ਰੈੱਡ ਰੈੱਡ ਇੱਟਾਂ ਜੀਆਂ, ਕੋਕਾ ਕੋਲਾ ਜੀਆਂ ਛੱਤਾਂ, ਇਹਨਾਂ ਨੇ ਨਾ ਸਟੈਂਡਰਡ ਹੀ ਬਣਾਇਆ ਹੋਇਆ, ਸਾਰੀ ਐਵੇਂ ਦੇ ਘਰ ਬਾਹਰ ਆ ਇੱਥੇ ਇਹਨਾਂ ਦੇ। ਅਤੇ ਇਹਨਾਂ ਨੂੰ ਨਾ ਸੈਮੀ ਹਾਊਸ ਬੋਲਦੇ ਆ, ਜਿਵੇਂ ਆਹ ਘਰ ਹੈ ਨਾ, ਇਹਨੂੰ ਸੈਮੀ ਹਾਊਸ ਬੋਲ ਦਿੰਦੇ ਆ। ਸੈਮੀ ਦਾ ਮਤਲਬ ਹੁੰਦਾ ਇਹ ਦੋ ਫੈਮਿਲੀਜ਼ ਰਹਿੰਦੀਆਂ ਹੁੰਦੀਆਂ, ਦੋ ਜਣਿਆਂ ਦਾ ਹੁੰਦਾ। ਜੇ ਇੱਕ ਉਹ ਜਿੱਥੇ ਕਾਲੀ ਜਿਹੀ ਲਾਈਨ ਜਿਹੀ ਆਉਂਦੀ ਹੈ ਨਾ, ਅੱਧਾ ਘਰ ਇੱਧਰ ਕਿਸੇ ਦਾ, ਅੱਧਾ ਘਰ ਇੱਧਰ ਕਿਸੇ ਦਾ, ਪਤਾ ਲੱਗਦਾ ਨਹੀਂ, ਦੇਖਣ ਨੂੰ ਤੁਹਾਨੂੰ ਸਾਰੇ ਇੱਕ ਇੱਕ ਲੱਗਦੇ ਹੋਣਗੇ, ਪਰ ਇਹ 2-4-6 ਐਂ ਅਲੱਗ ਅਲੱਗ ਫੈਮਿਲੀਆਂ ਰਹਿੰਦੀਆਂ ਨੇ, ਜਿਵੇਂ 2 ਇੱਥੇ 2 ਉੱਥੇ 2 ਉੱਥੇ, ਇੱਦਾਂ ਇੱਦਾਂ ਕਰਕੇ। ਇੱਥੇ ਆ ਜਾਓ ਜੀ, ਫਾਈਨ ਕਰ ਦੇਣਾ ਤੁਹਾਨੂੰ ਪੁਲਿਸ ਨੇ, ਜਵਾਕਾਂ ਨੂੰ ਟਾਈਮ ਸਿਰ ਚੱਕਿਆ ਕਰੋ।
ਚਲੋ ਚੰਗਾ ਭੈਣੇ ਮਿਲਦੇ ਹਾਂ ਜੀ। ਇਹ ਅਸੀਂ ਪਹੁੰਚ ਗਏ ਹਾਂ ਸਕੂਲ ਕੋਲੇ, ਭਾਣਜੇ ਦਾ ਸਕੂਲ ਆ ਇਹ। ਇਹ ਹੈਗਾ ਨੌਰਥ ਵੇ ਪ੍ਰਾਇਮਰੀ ਨਰਸਰੀ ਸਕੂਲ। ਪਹਿਲਾਂ ਉਹਨੂੰ ਇੱਥੋਂ ਨਾਲ ਲੈਣਾ, ਫਿਰ ਅਸੀਂ ਕਿਤੇ ਸ਼ਹਿਰ 'ਚ ਆਲੇ ਦੁਆਲੇ ਗੇੜ ਦੇਣਾ। ਆਹ ਦੇਖ ਲਓ ਸਕੂਲ ਜਦੋਂ ਜਵਾਕ ਨੂੰ ਕ੍ਰੋਸ ਕਰਾਉਣਾ ਹੁੰਦਾ ਨਾ, ਐਂ ਬੋਰਡ ਲੈ ਕੇ ਖੜ੍ਹ ਦਾਂਗੇ, ਦੇਖ ਲਓ ਇੰਨੀ ਸੇਫਟੀ ਆ। ਸਟੋਪ ਲੈ ਕੇ ਐਂ ਖੜ੍ਹ ਗਏ, ਸਕੂਲ 'ਚ ਐਂ ਚੱਲਦਾ ਹੈਗਾ। ਆਹ ਸਾਰੇ ਪੇਰੈਂਟਸ ਆਈ ਜਾਂਦੇ ਹੈਗੇ ਜਵਾਕਾਂ ਨੂੰ ਲੈ ਲੈ। ਆਪਣੇ ਵਾਲੇ ਇੱਥੇ ਬੱਸਾਂ ਨਹੀਂ ਚੱਲਦੀਆਂ ਜਿਵੇਂ ਆਪਣੇ ਬੱਸਾਂ ਚੱਲਦੀਆਂ ਹੁੰਦੀਆਂ ਨਾ ਸਕੂਲਾਂ 'ਚ। ਹਾਂਜੀ, ਇੱਥੇ ਆਪ ਲੈ ਕੇ ਜਾਂਦੇ ਆ। ਸਵੇਰੇ ਇੱਥੇ ਨਿਆਣੇ ਨੂੰ ਲੈ ਕੇ ਵੀ ਆਪ ਜਾਣਾ ਪੈਂਦਾ ਅਤੇ ਛੱਡ ਕੇ ਵੀ ਆਪ ਜਾਣਾ ਪੈਂਦਾ, ਸਾਰਾ ਕੁਛ ਆਪ ਕਰਨਾ ਪੈਂਦਾ। ਸਕੂਲ ਦੇ ਅੰਦਰੋਂ ਹੁਣ ਜ਼ਿਆਦਾ ਵੀਡੀਓ ਨਹੀਂ ਬਣਾਵਾਂਗੇ ਅਸੀਂ, ਕਿਉਂਕਿ ਸਕਿਉਰਿਟੀ ਸੇਫਟੀ ਪ੍ਰਾਈਵੇਸੀ ਇਸ਼ੂਜ਼ ਹੁੰਦੇ ਨੇ, ਅਤੇ ਬਾਹਰੋਂ ਬਾਹਰੋਂ ਤੁਹਾਨੂੰ ਸਾਰਾ ਦਿਖਾ ਦਾਂਗੇ। ਚਲੋ ਇੱਥੇ ਜਿਹੜੇ ਦਿਨ ਨਾ ਟਾਈਮ ਨਹੀਂ ਲੱਗਦਾ ਮਤਲਬ ਨਿਆਣੇ ਨੂੰ ਲਿਆਉਣ ਦਾ, ਫਿਰ ਕਿਸੇ ਨੂੰ ਕਹਿਣਾ ਪੈਂਦਾ ਹੈ ਨਾ ਵੀ ਤੁਸੀਂ ਲੈ ਲਓ ਸਕੂਲ 'ਚ। ਅੱਛਾ ਤੁਸੀਂ ਇਹਨਾਂ ਨੂੰ, ਇਹ ਗੁੰਨੂ ਦੇ ਮਤਲਬ ਫਰੈਂਡ ਦੇ ਡੈਡੀ ਨੇ ਜਿਹੜੇ ਉਹ ਹੁਣ ਲੰਘੇ ਸੀਗੇ। ਅਤੇ ਇਸ ਤੋਂ ਅਗਾਂਹ ਸਾਨੂੰ ਜਾਣਾ ਅਲਾਊਡ ਨਹੀਂ ਹੈਗਾ ਅੰਦਰ ਸਕੂਲ ਦੇ ਵਿੱਚ, ਨਹੀਂ ਤੁਹਾਨੂੰ ਅੰਦਰੋਂ ਵੀ ਦਿਖਾ ਆਉਂਦਾ। ਅਤੇ ਇੱਥੇ ਤੱਕ ਹੀ ਅਲਾਊਡ ਹੈ, ਇੱਥੇ ਪੇਰੈਂਟਸ ਆ ਕੇ ਖੜ੍ਹ ਜਾਂਦੇ ਆ ਅਤੇ ਫਿਰ ਆਵਾਜ਼ ਮਾਰਦੇ ਵੀ ਫਲਾਣੇ ਦੇ ਪੇਰੈਂਟ ਆ ਗਏ ਵੀ ਉਹ ਬੱਚਾ ਬਾਹਰ ਆ ਜਾਏ। ਜਦੋਂ ਵੀ ਜਵਾਕ ਮਤਲਬ ਜਵਾਕ ਨੂੰ ਆਵਾਜ਼ ਪੈਂਦੀ ਹੈ ਵੀ ਤੇਰਾ ਮੰਮੀ ਡੈਡੀ ਆ ਗਿਆ, ਉਦੋਂ ਹੀ ਬਾਹਰ ਕੱਢਦੇ, ਨਹੀਂ ਬਾਹਰ ਨਹੀਂ ਕੱਢਦੇ ਨਿਆਣੇ ਨੂੰ। ਉਹ ਕਿਵੇਂ ਆ ਗੁਣਵੀਰ, ਆ ਗਿਆ ਬਈ ਆਪਣਾ ਬੰਦਾ, ਠੀਕ ਹੈ? ਇਹਦਾ ਸ਼ੈਰੀ ਹੈ ਮਿੱਤਰ, ਸ਼ੈਰੀ ਕਿਵੇਂ ਆ? ਸ਼ੈਰੀ ਠੀਕ ਆ? ਇਹਦਾ ਗੁਣਵੀਰ ਬੈਸਟ ਫਰੈਂਡ ਹੈ ਤੇਰਾ ਇਹ? ਹਾਂਜੀ ਇਹ ਬੈਸਟ ਫਰੈਂਡ ਨੇ ਦੋਨੇ ਜਾਣੇ। ਉਹਨੂੰ ਕਹਿੰਦਾ ਤੂੰ ਫੇਮਸ ਹੋਏਗਾ ਹੁਣ ਯੂਟਿਊਬ ਤੇ। ਗਨਵੀਰ ਗਨਵੀਰ ਦੱਸ ਦੇ ਉਹਨੂੰ, ਕਹਿ ਤੂੰ ਫੇਮ ਹੁਣ ਬਹੁਤ ਮਸ਼ਹੂਰ ਹੋ ਜਾਏਗਾ ਦਿਨਾਂ 'ਚ। ਇਹ ਮਿੱਤਰ ਨੇ ਇਹਨਾਂ ਦੀ ਤਿੰਨਾਂ ਦੀ। ਗਨਵੀਰ ਗਨਵੀਰ ਦੋਨੇ ਤੇਰੇ ਬੈਸਟ ਫਰੈਂਡ ਆ? ਇਹ ਵੀ ਬੈਸਟ ਫਰੈਂਡ ਆ ਤੇਰਾ? ਕੀ ਇਹਦਾ ਨਾਮ? ਚਹਿਲ? ਚਹਿਲ ਲਾਸਟ ਨੇਮ ਕੀ ਹੈ? ਚਹਿਲ ਮੇਰੇ ਮੇਰਾ ਤਾਂ ਚਹਿਲ ਹੀ। ਚਲੋ ਚਲੀਏ ਬਈ, ਇਹ ਇਹਨਾਂ ਦਾ ਸਕੂਲ ਹੈ, ਦੇਖ ਨਿਆਣੇ ਹੱਸਦੇ ਖੇਡਦੇ। ਇਹ ਸਕੂਲ ਵਾਲੇ ਲੱਗਦੇ ਨੇ ਦੇਖੋ ਕਿਵੇਂ ਨਿੱਕਰਾਂ ਪਾਈਆਂ ਇਹਨਾਂ ਨੇ, ਕੱਛੇ ਪਾਏ ਨੇ, ਆਪਣੇ ਬੈਲਟਾਂ ਟੰਗਾ ਦਿੰਦੇ ਆ, ਵਰਦੀਆਂ ਪਵਾਉਂਦੇ, ਉਈ ਨੂੜੀ ਰੱਖਦੇ ਆ ਜਵਾਕ ਨੂੰ, ਤੇ ਇੱਥੇ ਦੇਖੋ ਚਿੱਲ ਮਾਰਦੇ ਪੂਰਾ। ਇਹੋ ਜਿਹੇ ਸਕੂਲ ਹੁੰਦੇ ਇਹ। ਚਲੀਏ ਜੀ ਭਾਜੀ, ਆ ਜਾਓ ਆ ਜਾਓ ਆ ਜਾਓ ਆ ਜਾਓ ਗਨਵੀਰ ਆ ਜਾ। ਨਾ ਇਹਨਾਂ ਦੇ ਟੀਚਰ ਕਿਹੜਾ ਖੁਸ਼ੀ, ਇਹਨਾਂ ਨੂੰ ਕੁੱਟਦੇ ਹੋਣਗੇ ਆਪਣੇ ਵਾਂਗੂ, ਹੈਨਾ? ਇਹਨਾਂ ਦਾ ਸਿਸਟਮ ਦਾ ਫਰਕ ਹੈ। ਅੱਛਾ ਜ਼ਿਆਦਾ ਪਲੇ ਕਲਾਸ ਵੀ ਹੁੰਦੀ ਹੈ ਨਾ? ਕੀ ਪੜਿਆ ਸੀ ਅੱਜ? ਕੀ ਪੜਿਆ ਸੀ ਅੱਜ? ਕੀ ਪੜਿਆ ਸੀ ਦੱਸ, ਕੀ ਪੜਿਆ ਅੱਜ? ਮੈਂ ਨੀ ਦੱਸਣਾ, ਮੈਂ ਨੀ ਦੱਸਣਾ ਕਹਿੰਦਾ। ਜਿਹੜਾ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਸਾਰਾ ਕੁਛ ਇਹਨਾਂ ਦੇ ਖੇਡਣ ਨੂੰ ਬਣਾਇਆ ਹੋਇਆ, ਤੇ ਅੰਦਰ ਖੇਡਦੇ ਰਹਿੰਦੇ ਆ। ਪੜ੍ਹਾਉਂਦੇ ਇਹਨਾਂ ਨੂੰ ਨਾ ਸਿਖਾਉਂਦੇ ਵੱਧ ਹੈ, ਪੜ੍ਹਾਉਂਦੇ ਕੱਖ ਨੀ। ਆਪਣੇ ਕੀ ਆਪਣੇ ਪੜ੍ਹਾਉਂਦੇ ਵਾਲਾ, ਰੱਟੇ ਲਾਓ ਜਿਵੇਂ ਮਰਜ਼ੀ ਪੜ੍ਹੋ, ਪਰ ਆਪਣੇ ਸਿਖਾਉਂਦੇ ਘੱਟ ਹੈ। ਮਤਲਬ ਗੇਮਸ ਹੁੰਦੀਆਂ ਇੰਨੀਆਂ ਨਹੀਂ ਹੁੰਦੀਆਂ, ਤੇ ਜਗ੍ਹਾ ਜਗ੍ਹਾ ਦਾ ਫਰਕ ਹੁੰਦਾ ਯਾਰ। ਇਹਨਾਂ ਦਾ ਆਪਣਾ ਕਲਚਰ, ਅੰਗਰੇਜ਼ਾਂ ਦਾ ਆਪਣਾ ਚੀਜ਼ਾਂ ਸਿੱਖਣ ਦਾ, ਇਹਨਾਂ ਦੇ ਸਕੂਲ ਵੀ ਆਪਣੇ ਉਹ ਹਿਸਾਬ ਦੇ ਹੁੰਦੇ। ਤੇ ਹੁਣ ਮੈਂ ਤੁਹਾਨੂੰ ਨਾ ਬੈਗ ਦਿਖਾਉਣਾ ਗੁਣਵੀਰ ਦਾ। ਆਪਣੇ ਜਿਵੇਂ ਬਸਤਾ ਮੋਢੇ ਦੁਖਣ ਲਾਉਂਦੇ ਆ, ਬਸਤਾ ਭਰਿਆ ਹੁੰਦਾ ਕਿਤਾਬਾਂ ਨਾਲ,
ਵੀ ਪਤਾ ਨੀ ਕਿੰਨੀਆਂ ਕਿਤਾਬਾਂ ਹੁੰਦੀਆਂ। ਇਹਦਾ ਇਹ ਦੂਜੀ ਕਲਾਸ ਚ ਪੜ੍ਹਦਾ ਤੇ ਇਹਦੇ ਤੁਹਾਨੂੰ ਬੈਗ ਦਿਖਾਉਣਾ, ਤੁਸੀਂ ਤੁਹਾਨੂੰ ਆਪ ਪਤਾ ਲੱਗੂ ਵੀ ਇੱਥੇ ਜਿਹੜੀ ਬਾਹਰ ਦੀ ਐਜੂਕੇਸ਼ਨ ਹੈ ਫੋਰਨ ਕੰਟਰੀ ਚ ਉਹ ਕਿਹੋ ਜਿਹੀ ਹੈ। ਜਿਹੜਾ ਇਹਨਾਂ ਦਾ ਕਲਾਸ ਦਾ ਟਾਈਮ ਹੁੰਦਾ ਉਹ ਵੀ ਸਵੇਰ ਤੋਂ ਸ਼ੁਰੂ ਹੁੰਦਾ, ਆਪਣੇ ਵਾਲਾ ਟਾਈਮ ਆਪਣੇ ਵਾਲੀ ਹੈ। ਨੌ ਤੋਂ ਗੁਣਵੀਰ ਖੜੀ ਹੈ ਇੱਥੇ, ਬੈਗ ਦਿਖਾ ਦੇਣਾ ਮੈਨੂੰ, 9 to 3 6 ਘੰਟੇ ਜਾਂਦੇ ਆ। ਬੈਗ ਦੀ ਜਿੱਪ ਖੋਲ ਦੇਖੀ, ਇਧਰ ਬੈਗ ਚ ਹੈ ਕੀ ਹੈ, ਕਿਹੜਾ ਅਲਾਦੀਨ ਦਾ ਚਿਰਾਗ ਰੱਖੀ ਫਿਰਦਾ। ਸਿਰਫ ਖੋਲੀ ਇਹਨੂੰ ਗੁਣਵੀਰ, ਮਾੜਾ ਜਿਹਾ ਓਪਨ ਕਰੀ, ਸਿਰਫ ਇੱਕ ਆ ਬੈਗ ਦਿਖਾਈ ਸੰਦੀਪ, ਆ ਫੜੀ ਪਾਣੀ ਦੀ ਬੋਤਲ, ਇਹ ਆ ਦੇਖੋ ਖੋਲ ਇਹਨੂੰ ਮਾੜਾ ਜਿਹਾ, ਸਿਰਫ ਇੱਕ ਕੈਪ ਹੈ ਤੇ ਆ ਟੋਪੀ ਹੈ ਤੇ ਸਾਰਾ ਬੈਗ ਖਾਲੀ ਹੈ ਦੇਖ ਲਓ, ਕੁਛ ਨੀ ਹੈਗਾ। ਤੇ ਆਹ ਕੀ ਆ, ਆਹ ਅਸੀਂ ਲਿਆ ਕੇ ਦਿੱਤਾ ਸੀ ਏਫਲ ਟਾਵਰ ਤੋਂ, ਫਰਾਂਸ ਤੋਂ ਲਿਆਂਦਾ ਸੀ ਇਹਦੇ ਟੰਗਣ ਨੂੰ ਆ ਪਾਣੀ ਦੀ ਬੋਤਲ ਨਾਲ। ਤੇ ਆਹ ਆਈਪੈਡ ਹੈ ਇਹਦੇ, ਗੇਮਾਂ ਇਹਦੇ ਤੇ ਨਾ ਜਿੰਨੀ ਪੜ੍ਹਾਈ ਹੁੰਦੀ ਹੈ ਇਹਦੇ ਤੇ ਹੁੰਦੀ ਹੈ, ਬਸ ਇੱਕ ਬਸ ਹੋਰ ਕੁਛ ਨੀ। ਆਪਣੇ ਇੰਨੇ ਕਦੂ ਆ ਲਿਖ ਕੇ ਲਿਆਏ ਹੋ, ਆਹ ਲਿਖ ਕੇ ਲਿਆਏ ਹੋ, ਪਤਾ ਨੀ ਕਿਵੇਂ ਜਿਹੜਾ ਕਰਾਉਂਦੇ ਆ ਇਹ ਚ। ਇਹਦੇ ਵਿੱਚ ਐਪ ਨੇ ਵੀ ਆ ਸਕੂਲ ਵੱਲੋਂ ਡਾਊਨਲੋਡ ਕੀਤੀਆਂ ਹੋਈਆਂ, ਪਰ ਜੇ ਤੁਸੀਂ ਕੁਛ ਹੋਰ ਜਿਵੇਂ ਵਾਚ ਕਰਦੇ ਹੋ ਜੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਓਬਵੀਅਸਲੀ, ਟਰੈਕ ਹੁੰਦੇ ਹੈਗੇ। ਪਰ ਇਹ ਤੇ ਸਕੂਲ ਦੇ ਐਜੂਕੇਸ਼ਨਲ ਐਪ ਨੇ ਸਾਰੀਆਂ। ਅੱਛਾ ਜੇ ਇਹ ਕੁਛ ਇਹ ਤੇ ਹੋਰ ਚਲਾਊਗਾ ਤਾਂ ਇਹਨੂੰ ਪਤਾ ਲੱਗ ਜਾਊਗਾ ਸਕੂਲ ਵਾਲਿਆਂ ਨੂੰ ਵੀ ਆਹ ਚੀਜ਼ ਦੇਖ ਰਹੇ ਹੈਗਾ। ਇਹਦੇ ਕੋਲ ਆਪਣਾ ਆਈਪੈਡ ਹੈਗਾ ਫਿਰ, ਆਹ ਉਹ ਤਾਂ ਘਰ ਵਾਲਾ ਦੂਸਰਾ, ਮਤਲਬ ਇਹਦਾ ਪੜ੍ਹਾਈ ਵਾਲਾ ਇੱਕੋ ਹੀ ਆਈਪੈਡ ਹੈ ਇਹਦੇ ਕੋਲ ਸਿਰਫ, ਆਹ ਆਹੀ ਕਿਤਾਬ ਆਹੀ ਕਹਿੰਦਾ ਭੁੱਲ ਜਾਂਦਾਗਾ। ਓਏ ਬਾ ਓਏ ਗੁਨੀ, ਕਿਵੇਂ ਰਿਹਾ ਸਕੂਲ ਅੱਜ ਪਹਿਲਾਂ ਦੱਸ। ਵਧੀਆ ਦੇਖ ਲਓ, ਇੰਨਾ ਹੈ ਵਧੀਆ ਵਧੀਆ, ਕਿੰਨਾ ਕੁ ਵਧੀਆ ਇੱਧਰ ਦੇਖ ਮਾਮੇ ਕਰੀ, ਬਹੁਤ ਕਿੰਨਾ ਬਹੁਤ ਵਧੀਆ ਬਹੁਤ ਵਧੀਆ। ਤੇਰੀ ਨਰਸ ਨੇ ਥੱਪੜ ਇੱਥੋਂ ਦੀ ਐਜੂਕੇਸ਼ਨ ਹੋਰ ਹਿਸਾਬ ਦੀ ਹੈ। ਮੈਡਮ ਨੇ ਕੁੱਟਿਆ ਸੀ ਅੱਜ, ਮੈਡਮ ਪੜ੍ਹਾਉਂਦੀ ਹੈ ਕਿ ਸਰ ਪੜ੍ਹਾਉਂਦੇ ਆ, ਸਰ ਪੜ੍ਹਾਉਂਦੇ ਆ, ਕੁੱਟਿਆ ਸੀ ਕਿ ਕੁੱਟਿਆ ਨੀ, ਆ ਕੰਨ ਲਾਲ ਕੀਤੇ ਪਏ, ਕੁੱਟਿਆ ਸੀ ਮੈਨੂੰ ਲੱਗਦਾ ਅੱਜ। ਚਲੋ ਚੱਲ ਬੈਠ ਬੈਠ, ਚੱਲ ਕਾਰ ਚ ਬੈਠੋ, ਫਰੰਟ ਤੇ ਬਹਿਣਾ ਕਿੱਥੇ ਬਹਿਣਾ, ਪਿੱਛੇ ਬਹਿਣਾ, ਨਹੀਂ 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 ਪੁਲਿਸ ਫੜ ਲੂ, ਚੱਲ ਆਹ ਦੇਖੋ ਜਵਾਕਾਂ ਨੂੰ ਕਿਵੇਂ ਲੰਘਾਉਂਦੇ ਆ, ਉਹ ਦੇਖੋ ਬੋਰਡ ਫੜ ਕੇ ਖੜ ਗਏ ਨਾ ਸਕੂਲ ਦੇ ਚਾਰੇ ਪਾਸੇ ਲੱਗਦਾ, ਐ ਫੜ ਕੇ ਖੜ ਜਾਂਦੇ ਆ ਆਹ ਦੇਖ। ਬਹਿ ਜਾ ਬਹਿ ਜਾ, ਲੈ ਵੀ ਚੱਲੀ ਹੁਣ ਦਰਖਤਾਂ ਦੇ ਦੇਖੋ ਕਿੱਡੇ ਸੋਹਣੇ ਲੱਗਦੇ ਆ, ਆਹ ਦੇਖੋ ਕਿੱਡੇ ਸੋਹਣੇ ਲੱਗਦੇ ਆ, ਰੰਗ ਬਿਰੰਗੇ ਫੁੱਲ ਖਿੜ ਜਾਣੇ ਆ ਸਾਰੇ। ਹੁਣ ਅਸੀਂ ਚੱਲੇ ਆ ਮਾਰਕੀਟ ਦੇ ਵੱਲ ਤੇ ਕੁਛ ਸ਼ੋਪਿੰਗ ਕਰਨੀ ਆ, ਤੇ ਉੱਥੇ ਦਾ ਆਲਾ ਦੁਆਲਾ ਤੁਹਾਨੂੰ ਦਿਖਾਉਣੇ ਆ। ਇਹ ਹੁਣ ਅਸੀਂ ਪਹੁੰਚ ਗਏ ਮੈਕਡੀ ਤੇ ਜਵਾਕ ਦੇ ਪਰੌਂਠੇ ਇੱਥੋਂ ਲੈਣੇ ਆ, ਪਰੌਂਠੇ ਹੋਰ ਕੀ ਲੈਣਾ, ਪਰੌਂਠੀ ਆ ਹੋਏ ਗਨਵੀਰ, ਹਾਂ ਦਿਸ ਇਜ਼ ਨਾਟ ਇੰਡੀਅਨ, ਵਟ ਇਜ਼ ਇਟ, ਇੰਗਲਿਸ਼। ਜਿਵੇਂ ਨਾ ਆਪਾਂ ਚਟਨੀ ਨਾਲ ਰੋਟੀ ਖਾਂਦੇ ਹੁੰਦੇ ਸੀ, ਚਾਹ ਨਾਲ ਦੋ ਵਾਲੀ ਨਾਲ ਆ ਕੇ ਸਕੂਲੋਂ, ਤੇ ਆ ਜਾ ਗਨਵੀਰ ਇੱਧਰ ਆ ਜਾ, ਓਏ ਉਰੇ ਗਨਵੀਰ, ਤੇ ਇਹ ਫਿਰ ਖਾਂਦੇ ਆ ਬਈ
ਇਹ ਕਹਿੰਦੇ ਸਾਨੂੰ ਚਿਕਨ ਨਗਟਸ ਖਵਾ ਦੋ, ਚਿਕਨ ਪੌਪਕਾਰਨ ਖਵਾ ਦੋ ਮੈਕਡੀ ਤੇ। ਹੁਣ ਇੱਥੇ ਮੈਕਡੀ ਤੇ ਆਰਡਰ ਦਿੱਤਾ ਔਨਲਾਈਨ, ਇਹਨਾਂ ਦੀ ਜਿਹੜੀ ਰੋਟੀ ਪਾਣੀ ਦਾ ਵੀ ਜਿਹੋ ਜਿਹੇ ਕਲਚਰ ਚ ਬੰਦਾ ਵੱਡਾ ਹੁੰਦਾ ਨਾ, ਅਸਲ ਚ ਉਹ ਜੀ ਖਾਣ ਪੀਣ ਉਹ ਜੀ ਸਾਰਾ ਆਲਾ ਦੁਆਲਾ ਬਣ ਜਾਂਦਾ ਗਾ। ਤੇ ਵੱਡੇ ਕਲਚਰ ਚ ਹੋ ਰਿਹਾ, ਪੜ੍ਹਾਈ ਵੀ ਇਹਨਾਂ ਦੀ ਇੱਥੋਂ ਦੀ ਹੋ ਗਈ ਤੇ ਖਾਣ ਪੀਣ ਵੀ ਸਾਰੇ ਇੱਥੋਂ ਦੇ ਹੋ ਗਏ। ਤੇ ਇਹ ਸਟੋਰ ਚ ਹੁਣ ਅਸੀਂ ਲੈਣ ਆਏ ਆ ਗੰਢੇ ਲਸਣ। ਡੈਡੀ ਕਹਿੰਦੇ ਬੀਜ ਲੈ ਕੇ ਆਇਓ ਲਸਣ ਗੰਢਿਆਂ ਦਾ। ਹਾਂ ਉਹ ਵੀ ਸਮਾਨ ਕੁਛ ਇੱਥੋਂ ਵੀ ਲੈ ਲਿਆ ਤੇ ਸ਼ੋਪਿੰਗਾਂ ਸਾਡੀਆਂ ਚੱਲੀ ਜਾਂਦੀਆਂ। ਪਿੰਡ ਸਮਾਨ ਬੋਰੀਆਂ ਭਰ ਭਰ ਲੈ ਕੇ ਜਾਵਾਂਗੇ। 46-46 ਕਿਲੋ ਵੇਟ ਹੈਗਾ ਸਾਡਾ, ਅੱਧਾ ਕੁਛ ਮਿਲਿਆ ਨੀ। ਹਾਂਜੀ ਚਲੋ 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 ਇਹ ਲੈ ਵੀ ਹੁਣ ਆਇਆ ਸੀ ਗੁਣਵੀਰ ਦੇ ਦੋਸਤ ਦੇ ਘਰ ਉਰੇ ਉਹ ਦੋਨੇ ਜਣੇ ਸਾਨੂੰ ਨਾ ਜਿਵੇਂ ਮੇਰੇ ਆਪਦੇ ਬਚਪਨ ਦੀ ਆੜੀ ਯਾਦ ਆਉਣ ਲੱਗ ਗਈ। ਸਾਡੀਆਂ ਵੀ ਇਹੀ ਆੜੀਆਂ ਹੁੰਦੀਆਂ ਸੀ, ਇੱਕ ਪੱਕਾ ਫਰੈਂਡ ਹੁੰਦਾ ਸੀ। ਇਹ ਹੈ ਸ਼ੈਰੀ, ਇਹਦਾ ਫਰੈਂਡ ਹੈ ਸ਼ੈਰੀ, ਤੁਹਾਨੂੰ ਸਕੂਲ 'ਚ ਤਾਂ ਮਿਲਾ ਹੀ ਦਿੱਤਾ ਸੀਗਾ ਹਨਾ। ਪੱਕੇ ਆੜੀ ਹੋ ਦੋਨੇ, ਪੱਕੇ ਆੜੀ ਹੋ, ਤੂੰ ਕਿਆ ਪੰਜਾਬੀ ਦੱਸ ਦੇ, ਪੰਜਾਬੀ ਬੋਲਦਾ ਨੀ ਬੋਲਦਾ। ਲਓ ਜੀ ਇੱਥੇ ਦੇਖੋ ਸ਼ਾਹੀ ਭੋਜ ਸਜੇ ਹੋਏ ਆ। ਇਹ ਸ਼ੈਰੀ ਬਾਈ ਦੇ ਫਾਦਰ ਸਾਹਿਬ, ਆ ਜਾਓ ਬਾਈ ਜੀ। ਇਹਨੇ ਜਲੰਧਰ ਤੋਂ ਕਿਹੜਾ ਪਿੰਡ ਦੱਸਿਆ ਸੀ ਤੁਸੀਂ? ਪਿੰਡ ਮਠੱਟਾ ਖੁਰਦ ਜੀ। ਕਿਹੜਾ ਪਿੰਡ ਹੈ? ਪਿੰਡ ਮਠੱਟਾ ਖੁਰਦ ਜੀ। ਪਿੰਡ ਮਠੱਟਾ ਖੁਰਦ, ਹਾਂਜੀ ਮਠੱਡਾ, ਮਠੱਡਾ ਹਾਂਜੀ, ਤਹਿਸੀਲ ਫਲੌਰ। ਅੱਛਾ ਫਲੌਰ, ਜਿਸੇ ਜਲੰਧਰ ਹੈ। ਦੁਆਬੇ ਵਾਲੇ ਹੋ ਸਾਰੇ, ਸਾਡਾ ਪ੍ਰਾਹੁਣਾ ਵੀ ਦੁਆਬੇ ਵਾਲਾ। ਹਾਂਜੀ ਲਓ ਜੀ ਟੇਬਲ ਸਜੇ ਪਏ ਨੇ, ਇਹਨਾਂ ਦੀ ਖੈਰ ਨੀ ਅੱਜ। ਇਹ ਸ਼ੈਰੀ ਦੇ ਮੰਮੀ ਨੇ, ਸ਼ੈਰੀ ਦੇ ਮੰਮੀ, ਸ਼ੈਰੀ ਦੇ ਡੈਡੀ। ਅੱਛਾ ਇਹ ਹੁਸ਼ਿਆਰਪੁਰ ਤੋਂ ਨੇ, ਪੰਜਾਬ ਦੇ ਸਭ ਤੋਂ ਸੋਹਣੇ ਏਰੀਏ ਚੋਂ, ਸਭ ਤੋਂ ਸੋਹਣਾ ਏਰੀਆ ਮੰਨਿਆ ਜਾਂਦਾ ਹੁਸ਼ਿਆਰਪੁਰ ਹਨਾ। ਟਾਂਡਾ ਹੁਸ਼ਿਆਰਪੁਰ ਮਕੇਰੀਆਂ। ਸੋ ਇਹ ਸੀ ਆਪਣਾ ਅੱਜ ਦਾ ਵਲੌਗ, ਜਿਹਦੇ ਚ ਲਿਵਰਪੂਲ ਦਾ ਰੌਣਕ ਮੇਲਾ ਆਲਾ ਦੁਆਲਾ ਸਾਰਾ ਤੁਹਾਨੂੰ ਦਿਖਾਉਣਾ ਸੀਗਾ। ਤੇ ਮਿਲਦੇ ਆਪਾਂ ਨਵੇਂ ਵਲੌਗ ਚ ਨਵੇਂ ਵੀਡੀਓ ਦੇ ਨਾਲ। ਗੁੱਡ ਬਾਏ, ਸਤਿ ਸ੍ਰੀ ਅਕਾਲ, ਰੱਬ ਰਾਖਾ।